ਪੋਲ ਤੇ ਚੜੇ ਇਹਦੇ ਡੋਰ ਪਈ ਇਹਨੇ ਮੈਨੂੰ ਕਿਹਾ ਕਿ ਡੋਰ ਪੈ ਗਈ ਮੇਰੇ ਉੱਤੇ ਮੈਂ ਉੱਥੇ ਬ੍ਰੇਕ ਮਾਰਤੀ ਉਧਰੋਂ ਗੱਡੀ ਆਈ ਤੇ ਉਹਨਾਂ ਨਾਲ ਜ਼ਿਆਦਾ ਕੰਮ ਹੋ ਗਿਆ ਇੰਨਾ ਟਾਈਮ ਮਿਹਨਤ ਲਾਈ ਆ ਮੇਰੀ ਆਪਣੀ ਲਾਟ ਟੁੱਟੀ ਤੇ ਤਿੰਨ ਜਗ੍ਹਾ ਤੋਂ ਮੈਂ ਮਿਹਨਤ ਕਰ ਕਰ ਬੱਚੇ ਨੂੰ ਪੜ੍ਹਾ ਕੇ ਤੇ ਮੈਂ ਗੇਮ ਤੱਕ ਬਚਾਇਆ ਸੀ ਸਾਡੀ ਸਾਰਾ ਸਭਣਾ ਟੁੱਟ ਗਿਆ ਸਰਕਾਰ ਦੇ ਅੱਗੇ ਕੁਝ ਨਹੀਂ ਸੋਚਿਆ ਜ਼ਬਾਨਾ ਚੀਰਾ ਪੈ ਗਿਆ ਉਹਦੇ ਚਾਰ ਟਾਂਕੇ ਲੱਗੇ ਆ ਤੇ 35 ਕੇ ਟਾਂਕੇ ਇੱਧਰ ਲੱਗੇ ਆ ਜੀ ਇਤੋਂ ਤੱਕ ਡੀ ਐਸ ਸਕੂਲ ਵੱਲੋਂ ਆ ਸਰਟੀਫਿਕੇਟ ਪਏ ਥੇ ਠੀਕ ਆ ਆਰ ਕੇ ਇੱਥੇ ਲੱਗਣੀ ਸੀ ਬੈਲੀ ਤੇ ਇਹ ਆ ਦਸਪਨਾ ਸ਼ੁਰੂ ਹੋ ਗਿਆ ਜੀ ਆਪਣੇ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਸੈਕਿੰਡ ইয়ার ਦੀ ਸਟੂਡੈਂਟ ਮਿਹਨਤ ਕਰ ਰਹੀ ਸੀ ਲੇਕਿਨ ਇੱਕ ਛੋਟੇ ਜਿਹੇ ਹਾਦਸੇ ਦੀ ਵਜ੍ਹਾ ਨਾਲ ਉਸਦੇ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਅਸੀਂ ਇਸ ਵੇਲੇ ਪੁੱਜੇ ਹਾਂ ਅੰਮ੍ਰਿਤਸਰ ਦੇ ਵੇਰਕਾ ਸਥਿਤ ਲਾਪ੍ਰਿਤ ਦੇ ਘਰ ਜਿਹੜੀ ਜਿਹੜੀ ਸੌਫਟਬਾਲ ਦੀ ਪਲੇਅਰ ਸੀ ਕਈ ਨੈਸ਼ਨਲ ਵੀ ਖੇਡ ਚੁੱਕੀ ਸੀ ਲੇਕਿਨ ਚਾਈਨਾ ਡੋਰ ਦੀ ਵਜ੍ਹਾ ਨਾਲ ਉਸਦੇ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਸੋ ਮੈਡਲ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਮੈਡਲ ਹੁਣ ਤੱਕ ਲਵਪ੍ਰੀਤ ਜਿੱਤ ਚੁੱਕੀ ਹੈ ਅਤੇ ਜਿਸ ਦਿਨ ਹਾਦਸਾ ਹੋਇਆ ਉਸ ਉਸ ਤੋਂ ਅਗਲੇ ਦਿਨ ਲਵਪ੍ਰੀਤ ਨੇ ਨੈਸ਼ਨਲ ਸੌਫਟਬਾਲ ਦਾ ਹਦਰਾਬਾਦ ਖੇਡਣ ਜਾਣਾ ਸੀ ਸੋ ਕਿਵੇਂ ਇਹ ਹਾਦਸਾ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਮੈਡਲ ਅਤੇ ਸਰਟੀਫਿਕੇਟ ਲਵਪ੍ਰੀਤ ਦੁਆਰਾ ਜਿੱਤੇ ਗਏ ਹੈ ਮਤਲਬ ਕਿ ਉਸਦੇ ਮਾਪਿਆਂ ਸਪਨਾ ਸੀ ਕਿ ਲੱਭਪ੍ਰੀਤ ਗੇਮਾਂ ਦੇ ਵਿੱਚ ਜਾਏ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ ਸੋ ਉਹ ਉਸ ਸੁਪਨਿਆਂ ਨੂੰ ਸাকার ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਜੁਟੀ ਸੀ ਸੋ ਹੁਣ ਤੱਕ ਕਾਫੀ ਮਿਹਨਤ ਵੀ ਕਰ ਚੁੱਕੀ ਸੀ ਸਭ ਤੋਂ ਪਹਿਲਾਂ ਇਹ ਉਹ ਮੈਡਲਨ ਦੀਆਂ ਤਸਵੀਰਾਂ ਤੇ ਉਸ ਤੋਂ ਬਾਅਦ ਲੱਭਪ੍ਰੀਤ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਲੱਭਪ੍ਰੀਤ ਹੁਣ ਉਸਦੇ ਕੀ ਹਾਲਾਤ ਨੇ ਤੇ ਉਹਦੇ ਮਾਪਿਆਂ ਨਾਲ ਵੀ ਗੱਲ ਕਰਾਂਗੇ ਕਿ ਆਖਿਰ ਇਹ ਹਾਦਸਾ ਕਿਵੇਂ ਹੋਇਆ ਪਾਜੀ ਕਿਵੇਂ ਹਾਦਸਾ ਹੋਇਆ ਤੁਹਾਡੀ ਬੇਟੀ ਤੁਹਾਡੇ ਸੁਪਨਿਆਂ ਨੂੰ ਸਹਕਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀ ਸੀ ਸੋ ਇੱਕਦਮ ਸਾਰੇ ਸੁਪਨਿਆਂ ਦੇ ਪਾਣੀ ਫਿਰ ਗਿਆ ਹਾਦਸਾ ਕਿਵੇਂ ਹੋਇਆ ਸਰ ਆਪਾਂ ਮਿਡ ਕਲਾਸ ਦੇ ਬੰਦੇ ਆ ਆਪਾਂ ਦਾ ਬਹੁਤ ਵੱਡਾ ਸਾਡਾ ਸੁਪਨਾ ਹੈਗਾ ਹੀ ਤੇ ਸਾਡਾ ਬੱਚਾ ਖੇਡ ਕੇ ਆਵੇ ਤੇ ਸਾਡਾ ਸੁਪਨਾ ਪੂਰਾ ਕਰੇ ਸਰ ਜਿੱਦ ਨੇ ਆਉਂਦੀ ਸੀ ਖੇਡ ਕੇ ਤੇ ਆਉਂਦੇ-ਆਉਂਦੇ ਬੱਸ ਸਾਡੇ ਲੱਗ ਕੇ ਆਈ ਤੇ ਵੀਰ ਉਹਦਾ ਗਿਆ ਲੈਣ ਵਾਸਤੇ ਸ਼੍ਰੀਕਪੁਰ ਦਾ ਚੌਂਕ ਚੜ੍ਹੇ ਗਿਆ ਤੇ ਡੋਰ ਪੈ ਗਈ ਬੇਟੀ ਦੇ ਤਕਰ ਵਾਲਾ ਡੋਰ ਧੂਗੇ ਲੈ ਗਿਆ ਤੇ ਸਾਡਾ ਸਾਰੇ ਸੁਪਨੇ ਟੁੱਟ ਗਏ ਉੱਥੇ ਸਾਡੇ ਘਰੇ ਇੰਨਾ ਕਿ ਤਾਂ ਮਾਤਮ ਨਹੀਂ ਹੋ ਜਾਂਦਾ ਇਦਾਂ ਦਾ ਹਾਲ ਹੋ ਗਿਆ ਇਹ ਸਾਰਾ ਟੱਬਰ ਇੰਨਾ ਰੋਏ ਆਪਾਂ ਸਾਡਾ ਇੰਨਾ ਸੁਪਨਾ ਸੀ ساری ਜ਼ਿੰਦਗੀ ਵਿੱਚ ਆਪਾਂ ਇੰਨਾ ਟਾਈਮ ਮਿਹਨਤ ਲਾਈ ਆ ਮੇਰੀ ਆਪਣੀ ਲੱਤ ਟੁੱਟੀ ਤੇ ਨੀ ਜਗ੍ਹਾ ਤੋਂ ਮੈਂ ਮਿਹਨਤ ਕਰ ਕਰ ਬੱਚੇ ਨੂੰ ਪੜਾ ਗਏ ਤੇ ਮੈਂ ਗੇਮ ਤੱਕ ਬਚਾਇਆ ਸੀ ਸਾਡੀ ਸਾਰਾ ਸੁਪਨਾ ਉਰ ਗਿਆ ਸਰਕਾਰ ਨੇ ਉਹਨੇ ਕੁਝ ਨਹੀਂ ਕੀਤਾ ਇਹਦਾ ਨਾਂ ਘਟਦਾ ਉਹ ਤੇ ਨੀਦਾਂ ਨੂੰ ਸਰਟੀਫੀਕੇਟ ਮਿਲ ਜਾਂਦਾ ਉਹਦੇ ਕਰਕੇ ਸਾਡਾ ਸੂਤਰ ਹੋ ਜਣਾ ਹੈ ਸਾਡਾ ਮੇਰੀ ਬੱਚੀ ਲਾ ਬੱਝਣੀ ਉਹਨਾਂ ਬਸ ਇੰਨਾ ਕਹਿਣਾ ਚਾਹੁੰਦਾ ਸਾਡੇ ਸਰਟੀਫੀਕੇਟ ਮਿਲਣਾ ਜਿੱਦਾਂ ਮੇਰੀ ਬੇਟੀ ਦਾ ਜਿਸ ਦਿਨ ਹਾਦਸਾ ਹੋਇਆ ਉਸ ਤੋਂ ਅਗਲੇ ਦਿਨ ਲਾਪਰੀਤ ਨੇ ਖੇਡਣ ਵੀ ਜਾਣਾ ਹਾਂਜੀ ਦੋ ਤਰੀਕ ਨੂੰ ਜਾਣਾ ਹੈ ਜੀ ਖੇਡਣ ਹਾਂ ਜੋ ਡੀਜ਼ਾ ਵਿੱਚ ਹੈਗਾ ਇਹ ਜੀ ਉਹਨਾਂ ਦਾ ਡੀਜ਼ਾ ਜਾਣਾ ਹੈ ਉਹਨਾਂ ਦਾ ਟੈਲੀਗ੍ਰਾਮ ਉਹਦਾ ਇਹਨੂੰ ਲੈ ਕੇ ਆਓ ਕਿੱਦਾਂ ਲੈ ਕੇ ਜਾਣੇ ਇਹਨਾਂ ਮੈਂ ਫੋਟੋਆਂ ਹੀ ਭੇਜੀਆਂ ਮੈਂ ਵੇਖੋ ਮੇਰੇ ਬੇਟੇ ਦੀ ਫੋਟੋਆਂ ਬੇਟੀ ਦੀ ਫੋਟੋਆਂ ਵੇਖੋ ਕਿੰਦਾ ਵਿਚਾਰੀ ਨੰਗੀ ਹੋਈ ਆ ਟਾਂਕੇ ਲੱਗੇ 35 ਟਾਂਕੇ ਮੂੰਹ ਤੇ ਲੱਗੇ ਆ ਜੱਬਾਂ ਤੇ ਚਾਰ ਟਾਂਕੇ ਲੱਗੇ ਆ ਜਦੋਂ ਸੌਫਟਬਾਲ ਇਸ ਦਾ ਆਪਣਾ ਸੁਪਨਾ ਸੀ ਜਾਂ ਤੁਹਾਡਾ ਸੁਪਨਾ ਪੂਰਾ ਕਰਦੀ ਪਈ ਸਰ ਜੀ ਜਦੋਂ ਬਸ ਗੁਲੇਬਾਏ ਕਹਿੰਦੀ ਮੈਂ ਗੇਮ ਖੇਡਣੀ ਆ ਮੈਂ ਜਿਹੜੀ ਬੇਟਾ ਖੇਡਣੀ ਖੇਡੋ ਤੁਸੀਂ ਇਹ ਸੌਫਟਬਾਲ ਨਹੀਂ ਚੁਣੀ ਨੇ ਤੇ ਹੈਗੀ ਕੈਚਰ ਹੈਗੀ ਪਲੇਅਰ ਵੀ ਕੈਪਟਨ ਵੀ ਰਹੀ ਆ ਖਡਾਉਂਦੀ ਵੀ ਰਹੀ ਬੱਚਿਆਂ ਨੂੰ ਆ ਪਿੱਛੇ ਆਪਣਾ ਮੈਚ ਕਰਾਈ ਸੀ ਨੇ ਬੱਚਿਆਂ ਦੇ ਸਰਕਾਰੀ ਸਕੂਲ ਵਾਲਿਆਂ ਦੇ ਜਿੱਤ ਕੇ ਵੀ ਆਉਂਦੀ ਰਹੀ ਆ ਸਰੇ ਬਹੁਤ ਵਧੀਆ ਪਲੇਅਰ ਹੈਗੀ ਏ ਹੂੰ ਤਾਂ ਕਿਤੇ ਖੇਡਣ ਜਾ ਚੁੱਕੀ ਹੂੰ ਜੀ ਹైదరాబాద్ ਐਮਪੀ ਤੇ ਆਪਣਾ ਰਾਏਪੁਰ ਵਾਲੇ ਪਾਸੇ ਤੇ ਦਿੱਲੀ ਤੱਕ ਗਈ ਆ ਸਕੂਲੋਂ ਖੇਡਣ ਹਾਂ ਜੀ ਹਾਂ ਜੀ ਇਹ ਸਕੂਲ ਵਾਲੋਂ ਗਏ ਆ ਹਾਂ ਜੀ ਇਸ 6 7 ਨੈਸ਼ਨਲ ਨੇ ਖੇਡੀ ਇਹ ਸਕੂਲ ਵਾਲੋਂ ਆ ਸਰਟੀਫਿਕੇਟ ਪਏ ਥੇ ਠੀਕ ਆ ਆਰ ਕੀ ਇਥੇ ਲੱਗਣੀ ਸੀ ਪਹਿਲੀ ਤੇ ਇਹ ਆਡਾ ਸੁਪਨਾ ਸ਼ੁਰੂ ਹੋ ਗਿਆ ਜੀ ਜਦੋਂ ਲਾਪਰੀ ਤੇ ਮੈਡਲ ਜਿੱਤ ਕੇ ਲਿਆਂਦੀ ਸੀ ਉਸ ਵੇਲੇ ਕਿਹੋ ਜੀ ਖੁਸ਼ੀ ਹੁੰਦੀ ਸੀ ਤੇ ਹੁਣ ਉਹਨੇ ਖੇਡਣ ਜਾਣਾ ਹੈ ਕਿ ਉਸ ਦੀ ਤਿਆਰੀਆਂ ਕੀਤੀਆਂ ਸੀ ਤੁਸੀਂ ਹਾਂ ਜੀ ਸਰ ਜਦੋਂ ਨਹੀਂ ਆਉਣਾ ਹੈ ਆਪਾਂ ਢੋਲ ਢਾਲ ਕਰਨਾ ਹੈ ਮੱਲੇ ਵਿੱਚ ਆਪਾਂ ਸਦਨਾ ਮੱਲੇ ਵਾਲਿਆਂ ਨੂੰ ਸਭ ਕੁਝ ਕਰ ਰਹੇ ਇੰਨਾ ਵੱਡਾ ਸੁਪਨਾ ਸੀ ਚੂਰਾ ਚੂਰ ਹੋ ਗਿਆ ਮੈਂ ਪਹਿਲਾਂ ਮੱਲੇ ਵਾਲਿਆਂ ਨੂੰ ਕਿਹਾ ਮਾੜੀ ਕੁੜੀ ਨੇ ਖੇਡ ਕੇ ਆਉਣਾ ਜਿੱਤ ਕੇ ਆਉਣਾ ਸਾਨੂੰ ਆਪਣੇ ਬੱਚੇ ਦਾ ਪੂਰਾ ਫਰਕ ਹੈ ਕਿ ਜਿੱਨੇ ਜਿੱਤ ਕੇ ਆਉਣਾ ਜਿੱਤੇ ਵੀ ਜਾਂਦੀ ਜਿੱਤ ਕੇ ਹੁੰਦੀ ਹੈ ਤੇ ਜਿਸ ਦਿਨ ਹਾਦਸਾ ਆਇਆ ਉਸ ਤੋਂ ਬਾਅਦ ਤੁਸੀਂ ਹਸਪੀਟਲ ਲੈ ਗਏ ਡਾਕਟਰਾਂ ਦਾ ਕੀ ਕਹਿਣਾ ਸੀ ਹਸਪੀਟਲ ਆ ਗਏ ਨੀ ਸਰ ਆਪਾਂ ਪਹਿਲਾਂ ਤਾਂ ਗੜਿਆ ਇੱਥੇ ਉਹਨਾਂ ਨੇ ਉਹ ਜਵਾਬ ਦੇਤਾ ਕਹਿੰਦੇ ਸਾਡੇ ਸਾਡੇ ਵਸਦਾ ਕੰਮ ਨਹੀਂ ਹੈਗਾ ਕੰਮ ਜ਼ਿਆਦਾ ਵਧਿਆ ਹੈਗਾ ਫਿਰ ਕਹਿੰਦੇ ਸਰਕਾਰੀ ਲੈ ਜਾਓ ਸਰਕਾਰੀ ਹਸਪਤਾਲ ਆਪਾਂ ਖੜਿਆ ਨਹੀਂ ਫਿਰ ਆਪਾਂ ਇਹde ਆਪਣਾ ਹਰ ਗੁਣ ਵਿੱਚ ਲੈ ਗਏ ਆਪਾਂ ਉਹਨਾਂ ਨੇ ਕਿਹਾ ਇਹ ਸਰਜਰੀ ਹੋਣੀ ਆ ਤੇ ਸਰਜਰੀ ਇਦਾਂ ਜੀ ਨਹੀਂ ਹੋਊਗੀ ਠੀਕ ਹੋਊਗੀ ਨਹੀਂ ਦੇ ਤਾਂ ਚਿਹਰੇ ਤੇ ਦਾਗ ਮੋٹے ਮੋٹے ਪੈ ਜਾਣੇ ਟਾਂਕਿਆਂ ਦੇ ਤੇ ਮੈਂ ਸਰ ਇਹਨੇ ਕਿ ਆਪਾਂ ਫੜ ਤੜ ਕੇ ਆਪਾਂ ਇਹਦੀ ਸਰਜਰੀ ਕਰਵਾਈ ਆ ਤੇ ਇੱਕਦਮ ਸਾਡੇ ਕੋਲ ਪੈਸੇ ਨਹੀਂ ਹੈਗੇ ਮਜ਼ਦੂਰੀ ਤੁਹਾਨੂੰ ਪਤਾ ਆਪਾਂ ਕਰਦੇ ਦਿਹਾੜੀਆਂ ਆਪਾਂ ਲਾਉਣੇ ਆ ਡੋਰ ਜਿਹੜੀ ਫਰੀ ਕਿਵੇਂ ਆ ਕਿੱਥੇ ਫਰੀ ਆ ਡੋਰ ਸਰ ਜੀ ਡੋਰੇ ਸ਼੍ਰੀਕਪੁਰੇ ਚੌਂਕ ਲਾ ਕੇ ਫਿਰਈ ਆ ਪੋਲ ਚੜਦੇ ਇਹ ਚੜਦੇ ਪਏ ਸੀ ਉਧਰੋਂ ਨੇ ਕਿਹਾ ਕਿ ਕਾਰ ਆ ਰਹੀ ਦੇ ਡੋਰ ਨਾ ਕਾਕਾ ਦੇ ਕਾਕੇ ਦੇ ਤੇ ਪਈ ਨਹੀਂ ਆ ਇਹਦੇ ਮਗਰ ਪੈ ਗਈ ਤਾਂ ਕਾਰ ਧੂਗੇ ਲੱਗੀ ਨਹੀਂ ਬ੍ਰੇਕ ਮਾਰਤੀ ਉਸੇ ਲਈ ਨਾ ਬ੍ਰੇਕ ਮਾਰਦਾ ਤੇ ਸੱਟ ਜਿਆਦੀ ਲੱਗ ਜਣੀ ਤੇ ਮਗਰ ਗੱਡੀਆਂ ਵੀ ਬੜੀਆਂ ਸੀ ਤੇ ਇਸ ਡੋਰ ਫਿਰਨ ਨਾਲ ਜ਼ੁਬਾਨ ਕੱਟੀ ਜੁਬਾਨ ਟਕਟੀ ਜੀ ਵਿੱਚੋਂ ਜ਼ੁਬਾਨ ਤੇ ਚੀਰਾ ਪੈ ਗਿਆ ਉਹਦੇ ਚਾਰ ਟਾਂਕੇ ਲੱਗੇ ਆ ਤੇ 35 ਕੇ ਟਾਂਕੇ ਇਧਰ ਲੱਗੇ ਆ ਜੀ ਇਤੋਂ ਤੱਕ ਸੋ ਲਾਪਰੀਤ ਦੇ ਭਰਾ ਵੀ ਸਾਡੇ ਨਾਲ ਮੌਜੂਦ ਹੈ ਜਿਸ ਵੇਲੇ ਜਾ ਰਹੇ ਸੀ ਉਸ ਵੇਲੇ ਤੁਹਾਨੂੰ ਖੁਸ਼ੀ ਸੀ ਜਦੋਂ ਤੁਸੀਂ ਘਰੋਂ ਨਿਕਲੇ ਸੀ ਕਿ ਭੈਣ ਠਾਡੀ ਨੇ ਖੇਡਣ ਜਾਣਾ ਵੈ ਨੈਸ਼ਨਲ ਖੇਲਣਾ ਵੈ ਲੇਕਿਨ ਹਾਦਸਾ ਹੋਇਆ ਕਿਵੇਂ ਸਰ ਇਹ ਨਾ ਬੱਸ ਸਟੈਂਡ ਤੋਂ ਆਈ ਤੇ ਮੰਨਣ ਬੱਸ ਸਟੈਂਡ ਤੇ ਲੈਣ ਗਿਆ ਤੇ ਪੁਲ ਤੇ ਚੜੇ ਇਹਦੇ ਡੋਰ ਪਈ ਇਹਨੇ ਮੈਨੂੰ ਕਿਹਾ ਕਿ ਡੋਰ ਪੈ ਗਈ ਮੇਰੇ ਉੱਤੇ ਮੈਂ ਉੱਥੇ ਰ ਬ੍ਰੇਕ ਮਾਰਤੀ ਉਧਰੋਂ ਗੱਡੀ ਆਈ ਤੇ ਉਹਨਾਂ ਜ਼ਿਆਦਾ ਕੰਮ ਹੋ ਗਿਆ ਸਪਨਾ ਭੈਣ ਦਾ ਸਹਾਰ ਕਰਨ ਲਈ ਤੁਹਾਡੇ ਵੱਲੋਂ ਵੀ ਬਹੁਤ ਮਿਹਨਤ ਕੀਤੀ ਗਈ ਹੋਣੀ ਹੈ ਤੁਸੀਂ ਵੀ ਮਿਹਨਤ ਕੀਤੀ ਹੋਣੀ ਹੈ ਕਿ ਸੌਫਟਬਾਲ ਦੀ ਤੁਹਾਡੀ ਭੈਣ ਪਲੇਅਰ ਹੈ ਕਦੀ ਸੋਚਿਆ ਸੀ ਤੁਸੀਂ ਵੀ ਗੇਮਾਂ ਤੇ ਜਾਓਗੇ ਜਾਂ ਆਪਣੀ ਸੋਚ ਛੱਡ ਕੇ ਤੁਸੀਂ ਭੈਣ ਦੀ ਮਦਦ ਕੀਤੀ ਹਾਂਜੀ ਅਸੀਂ ਭੈਣ ਦੀ ਮਦਦ ਕੀਤੀ ਇਹਦਾ ਕੀ ਕਰ ਇਹਨਾਂ ਕਹਿੰਦਾ ਸਾਡੀ ਭੈਣ ਇਹ ਵਿਚਾਰ ਮਜ਼ਦੂਰੀ ਕਰਦਾ ਨਾਲ ਜਾਂਦਾ ਦਿਹਾੜੀਆਂ ਵੀ ਵਿਚਾਰ ਸਾਡੇ ਨਾਲ ਲਾਉਂਦਾ ਇਹਨੇ ਕਿਹਾ ਅਡੀ ਭੈਣ ਖਾਂ ਨਿਕਲ ਗਈ ਤੇ ਆਪਾਂ ਸਾਰਾ ਸੈਟ ਉਹਦਾ ਨ ਪਰਿਵਾਰ ਵਧੀ ਹੋਈ ਨਾ ਇਹ 12ਵੀਂ ਵਾਲੀ ਪੇਪਰ ਦੇਣੀ ਇਸ ਕਰਕੇ ਵਿਚਾਰੇ ਨਾਲ ਜਾਂਦਾ ਰਿਹਾ ਕਿਤੇ ਵੀ ਇਹ ਸਾਨੂੰ ਕਹਿੰਦੇ ਸੀ ਨਾ ਜਾਣਾ ਆਪਾਂ ਉੱਥੇ ਛੱਡ ਕੇ ਹੁੰਦੇ ਰਹੇ ਨੂੰ ਹੁਧਿਆਣੀ ਛੱਡ ਕੇ ਹੁੰਦੇ ਨੇ ਆ ਪਤਾ ਨਹੀਂ ਕਿਹੜੇ ਕਿਹੜੇ ਆਪਾਂ ਛੱਡ ਕੇ ਨੇ ਸ਼ਹਿਰ ਛੱਡ ਕੇ ਹੁੰਦੇ ਰਹੇ ਨੂੰ ਆਪਾਂ ਨਾਲ ਜਾਂਦੇ ਰਹੇ ਦੇ ਤੇ ਜਿਸ ਵੇਲੇ ਸਰਕਾਰੀ ਸਕੂਲ ਚ ਪੜਦੀ ਸੀ ਸਰਕਾਰੀ ਸਕੂਲ ਚ ਹੀ ਇਹਨੇ ਗੇਮਾਂ ਅਪਣਾਈਆਂ ਤੇ ਇਹ ਸੌਫਟਬਾਲ ਦਾ ਡਿਸੀਜਨ ਉਹਦਾ ਆਪਣਾ ਸੀ ਤੁਹਾਡਾ ਸੀ ਇਹਦਾ ਹੈਗਾ ਸੀ ਇਹਦਾ ਹੀ ਜੀ ਹੋਈ ਨਹੀਂ ਇਹ ਕਹਿੰਦੀ ਮੈਂ ਖੇਡਣੀ ਮੈਂ ਚਲੋ ਬੇਟਾ ਜਿਹੜਾ ਤੇਰਾ ਮਨ ਕਰਦਾ ਤੁਸੀਂ ਖੇਡੋ ਤੇ ਇਹਦੇ ਵਿੱਚ ਖੇਡਦੀ ਬਹੁਤ ਵਧੀਆ ਕੈਚਰ ਹੈਗੀ ਸੀ ਇਹ ਤੋ ਜਿਹੜੇ ਬੱਚੇ ਜਿਹੜੇ ਆਪਣੇ ਹੈਗੇ ਨੇ ਕੋਲਜ ਦੇ ਉਹ ਆਏ ਇਹ ਦਿਨ ਰੋਂਦੇ ਬੜਾ ਹਿੱਤੇ ਆ ਗਏ ਕਹਿੰਦੇ ਸਾਡਾ ਬੱਚਾ ਬਹਿ ਗਿਆ ਸਾਡਾ ਨਾ ਕੋਲ ਸੀਨੀਅਰ ਬਹਿ ਗਿਆ ਤੇ ਇਹਦੇ ਬਾਅਦ ਗੀਮ ਨਹੀਂ ਕੋਈ ਤਿਆਰ ਹੈਗੀ ਇਹਦੇ ਕੋਈ ਹੈ ਹੀ ਕੋਈ ਇੱਕ ਕਚਰੇ ਸੋ ਬਿਲਕੁਲ ਲਾਪਰੀਤ ਉਹ ਲੜਕੀ ਹੈ ਜਿਨੇ ਪੜ੍ਹਾਈ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਸੁਪਨਾ ਸাকার ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀ ਸੀ ਸੋ ਉਸ ਸੁਪਨਾ ਜਿਹੜਾ ਸাকার ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਤੇ ਜੁਟੀ ਸੀ ਸੋ ਸੁਪਨਾ ਸাকার ਹੋਣ ਵੀ ਵਾਲਾ ਸੀ ਲੇਕਿਨ ਇੱਕ ਛੋਟੇ ਸੇ ਹਾਦਸੇ ਹਾਲਾਂਕਿ ਸਰਕਾਰਾਂ ਦੁਆਰਾ ਬਹੁਤ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਚਾਈਨਾ ਡੋਰ ਨੂੰ ਬੰਦ ਕਰਾਂਗੇ ਤੇ ਇਸ ਦੇ ਉੱਪਰ ਮਾਮਲੇ ਵੀ ਦਰਜ ਕੀਤੇ ਗਏ ਲੇਕਿਨ ਅੱਜ ਤੱਕ ਚਾਈਨਾ ਡੋਰ ਤੇ ਬੰਦ ਨਹੀਂ ਆਈ ਲੇਕਿਨ ਹਾਦਸੇ ਦੀ ਵਜ੍ਹਾ ਨਾਲ ਲਾਪਰੀਦ ਦਾ ਸੁਪਨਾ ਜਿਹੜਾ ਸাকার ਹੋਣ ਤੋਂ ਰਹਿ ਗਿਆ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ